अकाल मूरत अजूनी सैपं गुर प्रसाद जप आदि सच जुगाद सच खैपी सच नानक खुशी पी सच दोए कर जोड़ मांगो एक दाना साहिब तुठ पावा सास सास नानक आराधे आठ पहर गुण गावा विसर नाहीं दातार अपना नाम देहो गुण गावा दिन रात नानक चाओ एहो गुण गावा दिन रात नानक चाहो एहो परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सतसंगी जनों अज आप जी शहीदां दे सिरताज पंचम गुरदेव श्री गुरु अर्जन देव महाराज जी का शहादत वाला दिन मना रहे हो। आपने हजूर दे पावन पवित्र इलाही बचना दा कीर्तन सरवण कीता है। आओ सतगुरु गुरु अर्जन देव महाराज जी दे पावन पवित्र जीवन नू और हजूर दी इलाही बाणी दी विचार करिए। विचार आरंभन तो पहला आप कृपा करके समूह माई भाई एकाग्रता बख्शो हजूर दे चरणा विच अपनी हाजरी लवाइए ते गुरु बख्शी फतेह प्रवान करो जी। वाहिगुरु जी का खालसा वाहिगुरु जी की फतेह। जिमें पिछले दिने अर्ज की सी कि सतगुरु गुरु अर्जन देव महाराज उन्हां दी शहादत दे कारण की सन। सतगुरु गुरु अर्जन देव महाराज जी नूं जहांगीर दी मतस्वी नीति
ਜਿਹੜਾ ਇਹ ਨਹੀਂ ਸੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਲੋਕ ਇਹਨਾਂ ਦਾ ਬਾਦਸ਼ਾਹਾਂ ਨਾਲੋਂ ਵੱਧ ਅਦਬ ਕਰਨ, ਨਹੀਂ ਸੀ ਚਾਹੁੰਦਾ ਕਿ ਇਹਨਾਂ ਕੋਲ ਕੋਈ ਕੇਂਦਰੀ ਅਸਥਾਨ ਹੋਵੇ ਜਿਸ ਦੇ ਅੰਦਰ ਦੀ ਇਹ ਬਿਰਤੀ ਸੀ ਮੇਰੇ ਪ੍ਰਭਾਵ ਅਧੀਨ ਆ ਕੇ ਜੋ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਹੈ, ਸਿਰਜਣਾ ਕੀਤੀ ਹੈ, ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੇਰੀ ਮਰਜ਼ੀ ਦੇ ਮੁਤਾਬਕ ਸ਼ਬਦ ਪਾਏ ਜਾਣ। ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਸੂਲ ਨਾਲ ਸਮਝੌਤਾ ਨਹੀਂ ਕੀਤਾ, ਅਸੂਲ ਤੋਂ ਗਿਰਨ ਦੀ ਬਾਤ ਨਹੀਂ ਕੀਤੀ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੂੰ ਸ਼ਹੀਦ ਕਰਨ ਦਾ ਜਹਾਂਗੀਰ ਨੇ ਹੁਕਮ ਦੇ ਦਿੱਤਾ ਹੈ ਤੇ ਲਾਹੌਰ ਦੀ ਧਰਤੀ ਤੇ ਮੁਰਤਜ਼ਾ ਖਾਂ ਹੈ ਜਿਸ ਨੂੰ ਇਹ ਫੁਰਮਾਨ ਜਾਰੀ ਕਰਕੇ ਬਾਦਸ਼ਾਹ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੇ ਪਰਿਵਾਰ ਨੂੰ ਉਹਨਾਂ ਦਾ ਘਰ ਘਾਟ ਜ਼ਬਤ ਕਰ ਲਿਆ ਜਾਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕੋਸ਼ਿਸ਼ ਕਰੋ ਮਨਾਉਣ ਦੀ, ਜੁਰਮਾਨਾ ਭਰਦੇ ਜਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਡੇ ਮੁਤਾਬਕ ਕੁਝ ਬਚਨ ਦਰਜ ਕਰਦੇ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਪਰ ਇਸ ਚੀਜ਼ ਦਾ ਕੋਈ ਅਸਰ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਗਏ ਨੇ। ਹਜ਼ੂਰ ਜਿੱਦਣ ਲਾਹੌਰ ਜਾਂਦੇ ਨੇ, ਸਿੱਖ ਵਿਦਵਾਨਾਂ ਨੇ ਇਹ ਸਾਰੀ ਘਟਨਾ ਨੂੰ ਆਪਣੇ ਆਪਣੇ ਢੰਗ ਨਾਲ ਬਿਆਨ ਕੀਤਾ। ਗੁਰੂ ਅਰਜਨ ਦੇਵ ਜੀ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਸਤਿਕਾਰਯੋਗ ਮਹਿਲ, ਜਿਨ੍ਹਾਂ ਨੂੰ ਆਪਾਂ ਅਦਬ ਨਾਲ ਮਾਤਾ ਗੰਗਾ ਜੀ ਕਹਿੰਦੇ ਹਾਂ, ਤੁਰਨ ਤੋਂ ਪਹਿਲਾਂ ਗੁਰਦੇਵ ਨੇ ਉਹਨਾਂ ਨਾਲ ਬਚਨ ਕੀਤੇ ਨੇ ਕਿ ਸਾਡੇ ਜਾਣ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਸੋਗ ਨਹੀਂ ਮਨਾਉਣਾ। ਇਹਦਾ ਮਤਲਬ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਰੱਥ ਜਾਣਦੇ ਨੇ ਕਿ ਲਾਹੌਰ ਸ਼ਹਾਦਤ ਹੋਵੇਗੀ, ਪਰਤ ਕੇ ਅਸੀਂ ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਆਉਣਾ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸਾਡੇ ਜਾਣ ਤੋਂ ਬਾਅਦ ਸੋਗ ਨਹੀਂ ਮਨਾਉਣਾ, ਉਸ ਕਰਤਾਰ ਦੇ ਭਾਣੇ ਵਿੱਚ ਰਹਿਣਾ। ਇਹ ਸਰੀਰਾਂ ਦਾ ਸੰਬੰਧ ਬਣਿਆ, ਇੱਕ ਦੇ ਇਹਨਾਂ ਨੇ ਵਿਛੜਨਾ। ਸ਼ਬਦ ਨਾਲ ਪ੍ਰੀਤ ਕਰਿਓ, ਸਰੀਰ ਸ਼ਬਦ ਨਾਲ ਜੁੜੇ ਹੋਏ ਕਦੀ ਟੁੱਟਦੇ ਨਹੀਂ। ਤੇ ਮਾਤਾ ਗੰਗਾ ਜੀ ਨੂੰ ਉਪਦੇਸ਼ ਦੇ ਕੇ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਨੂੰ ਬੁਲਾਇਆ। ਸਿੱਖ ਵਿਦਵਾਨ ਇਹ ਵੀ ਮੰਨਦੇ ਨੇ ਕਿ ਗੁਰਦੇਵ ਜੀ ਗੁਰਤਾ ਗੱਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਕੇ ਤੁਰੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਪਿੱਛੇ ਰਹੇ ਨੇ। ਹਜ਼ੂਰ ਅੰਮ੍ਰਿਤਸਰ ਦਰਬਾਰ ਸਾਹਿਬ ਨਮਸਕਾਰ ਕੀਤੀ ਏ, ਪਰਕਰਮਾ ਕੀਤੀਆਂ ਹਰਿਮੰਦਰ ਸਾਹਿਬ ਦੀਆਂ, ਤੇ ਜਦੋਂ ਲਾਹੌਰ ਨੂੰ ਜਾਣ ਲੱਗੇ ਨੇ ਤੇ ਅੰਮ੍ਰਿਤਸਰ ਦੀ ਬਹੁਤ ਸਾਰੀ ਸੰਗਤ ਗੁਰੂ ਅਰਜਨ ਦੇਵ ਜੀ ਦੇ ਨਾਲ ਤੁਰੀ। ਕਈਆਂ ਦੇ ਹਿਰਦੇ ਬੈਰਾਗ ਨਾਲ ਭਰੇ ਪਏ ਸਨ ਤੇ ਕਈਆਂ ਗੁਰਮੁਖਾਂ ਨੂੰ ਇਹ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਹੁਣ ਗਏ, ਪਰਤ ਕੇ ਸਰੀਰ ਵਿੱਚ ਵਾਪਸ ਨਹੀਂ ਆਉਣਾ, ਤੇ ਤੁਰਨ ਲੱਗਿਆਂ ਸਾਰੀ ਸੰਗਤ ਨੂੰ ਵਾਪਸ ਮੋੜ ਦਿੱਤਾ, ਉਸ ਕਰਤਾਰ ਦੇ ਭਾਣੇ ਵਿੱਚ ਉਹਦੀ ਰਜ਼ਾ ਵਿੱਚ ਰਹਿਣ ਦਾ ਹੁਕਮ ਕੀਤਾ ਤੇ ਸਾਹਿਬ ਦੇ ਨਾਲ ਕੇਵਲ ਪੰਜ ਸਿੱਖ ਗਏ। ਮੈਂ ਅਰਜ਼ ਕਰਾਂ, ਉਹਨਾਂ ਪੰਜਾਂ ਸਿੱਖਾਂ ਵਿੱਚੋਂ ਭਾਈ ਵਿਧੀ ਚੰਦ ਨੇ, ਭਾਈ ਲੰਗਾ ਏ, ਭਾਈ ਪੈੜਾ ਏ, ਭਾਈ ਜੇਠਾ ਜੀ ਨੇ ਤੇ ਪੰਜਵਾਂ ਸਿੱਖ ਏ ਭਾਈ ਪਿਰਾਣਾ। ਇਹ ਪੰਜ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਗਏ ਨੇ। ਲਾਹੌਰ ਜਦੋਂ ਸਤਿਗੁਰੂ ਪਹੁੰਚੇ ਨੇ, ਹਜ਼ੂਰ ਨੂੰ ਹਵੇਲੀ ਦੇ ਅੰਦਰ ਇਹਨਾਂ ਨੇ ਕੈਦ ਕੀਤਾ, ਪੰਜਾਂ ਸਿੱਖਾਂ ਨੂੰ ਵੱਖਰਿਆਂ ਕੈਦ ਕੀਤਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਨੇ ਮੁਰਤਜ਼ਾ ਖਾਨ ਦੇ ਸਾਹਮਣੇ ਲੈ ਕੇ ਗਏ। ਉਹਨੇ ਫਿਰ ਉਹ ਗੱਲਾਂ ਦੁਹਰਾਈਆਂ ਨੇ ਕਿ ਜਾਂ ਤਾਂ ਤੁਸੀਂ ਬਾਦਸ਼ਾਹ ਦੀ ਹੁਕਮ ਨੂੰ ਮੰਨ ਕੇ ਉਹਦੀ ਈਨ ਨੂੰ ਕਬੂਲ ਕਰ ਲਵੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕੀਤੀ, ਉਹਨਾਂ ਨੇ ਖੁਸਰੋ ਨੂੰ ਪਨਾਹ ਦੇਣ ਦੀ ਗੱਲ ਕੀਤੀ ਤੇ ਨਾਲ ਇੱਕ ਇਹ ਵੀ ਡਰਾਵਾ ਦੇ ਦਿੱਤਾ ਕਿ ਜੇਕਰ ਤੁਸੀਂ ਕੋਈ ਵੀ ਸਾਡੀ ਗੱਲ ਨਾ ਮੰਨੀ
ਤੇ ਅਸੀਂ ਤੁਹਾਨੂੰ ਇੱਥੇ ਖਤਮ ਕਰ ਦੇਵਾਂ। ਤੇ ਗੁਰੂ ਅਰਜਨ ਦੇਵ ਮਹਾਰਾਜ ਭਾਣੇ ਵਿੱਚ ਵਿਚਰਨ ਵਾਲਿਆਂ ਨੇ ਇਹੀ ਗੱਲ ਕਹੀ ਸੀ, ਕਹਿਣ ਲੱਗੇ ਸਜਣੋ ਮੈਂ ਉਦਣ ਅਰਜ ਕੀਤੀ ਸੀ ਬਾਣੀ ਇਹ ਧੁਰ ਕੀ ਏ, ਬਚਨ ਇਹਦੇ ਵਿੱਚ ਉਹਨਾਂ ਦੇ ਨੇ ਜਿਹੜੇ ਪ੍ਰਭੂ ਨਾਲ ਅਭੇਦ ਹੋ ਚੁੱਕੇ ਨੇ, ਅਸੀਂ ਜੁਰਮਾਨਾ ਕਿਸੇ ਨੂੰ ਭਰਨਾ ਨਹੀਂ। ਤੇ ਜੇ ਕੋਈ ਗੁਰੂ ਘਰ ਆ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕ ਜਾਂਦਾ ਤੇ ਇਹਦੇ ਨਾਲ ਕਿਸੇ ਦੇ ਹਿਰਦੇ ਨੂੰ ਦੁੱਖ ਨਹੀਂ ਆਉਣਾ ਚਾਹੀਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਲਈ ਫਿਰ ਇਹਨਾਂ ਨੇ ਹੁਕਮ ਕਰ ਦਿੱਤਾ, ਯਾਸਾ ਵਾ ਸਿਆਸ ਦੇ ਕਾਨੂੰਨ ਦੇ ਮੁਤਾਬਕ, ਜਿਹੜਾ ਕਾਨੂੰਨ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ ਸੰਨ 1218 ਦੇ ਅੰਦਰ ਚੰਗੇਜ਼ ਖਾਨ ਨੇ ਆਪਣੀ ਹਕੂਮਤ ਸਮੇਂ ਬਣਾਇਆ ਸੀ। ਕਿਸੇ ਪੀਰ ਫਕੀਰ ਨੂੰ ਕਿਸੇ ਰੂਹਾਨੀਅਤ ਵਿੱਚ ਪੁੱਗੇ ਹੋਏ ਨੂੰ ਜਦੋਂ ਖਤਮ ਕਰਨਾ ਹੋਵੇ ਤੇ ਉਹਨੂੰ ਇਸ ਢੰਗ ਨਾਲ ਤਸੀਹੇ ਦੇ ਕੇ ਸ਼ਹੀਦ ਕਰੋ ਕਿ ਉਹਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਕਿਉਂਕਿ ਉਹਦੇ ਖੂਨ ਦੀ ਇੱਕ ਇੱਕ ਬੂੰਦ ਵਿੱਚੋਂ ਉਹਦੇ ਵਰਗੇ ਹੋਰ ਅਨੇਕਾਂ ਸ਼ਹੀਦ ਪੈਦਾ ਹੋ ਜਾਂਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਲਈ ਇਹਨਾਂ ਨੇ ਆਪਣੇ ਵੱਲੋਂ ਹੁਕਮ ਜਾਰੀ ਕਰ ਦਿੱਤਾ, ਜਾਸਾ ਵਾ ਸਿਆਸਤ ਦੇ ਕਾਨੂੰਨ ਦੇ ਮੁਤਾਬਕ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਤਪਦੀ ਰੇਤ ਤੇ ਬਿਠਾਇਆ ਜਾਣਾ, ਫਿਰ ਹਜ਼ੂਰ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਜਾਣਾ, ਫਿਰ ਸਤਿਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਜਾਣਾ। ਤੇ ਮੈਂ ਅਰਜ਼ ਕਰਾਂ, ਮੇਰੇ ਗੁਰੂ ਅਰਜਨ ਦੇਵ ਨੂੰ ਨਿਰੰਤਰ 5 ਦਿਨ ਤਸੀਹੇ ਦਿੱਤੇ ਨੇ, ਪਰ ਹਜ਼ੂਰ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਉਸ ਦੀ ਰਜ਼ਾ ਦੇ ਅੰਦਰ ਉਹਦਾ ਸ਼ੁਕਰਾਨਾ ਕਰਦੇ ਰਹੇ। ਸਤਿਗੁਰੂ ਨੂੰ ਫਿਰ ਇਹ ਗੱਲ ਕਹੀ ਗਈ ਕਿ ਤੁਸੀਂ ਅਜੇ ਵੀ ਪ੍ਰਵਾਨ ਕਰ ਲਵੋ, ਪਰ ਗੁਰੂ ਅਰਜਨ ਦੇਵ ਜੀ ਨੇ ਸਮਝੌਤਾ ਨਹੀਂ ਕੀਤਾ। ਤੇ ਕਹਿੰਦੇ ਪਹਿਲੇ ਦਿਨ ਇਹਨਾਂ ਨੇ ਕੀ ਕੀਤਾ, ਜਿਸ ਹਵੇਲੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਕੈਦ ਕੀਤਾ ਗਿਆ, ਨਾ ਤਾਂ ਮਹਾਰਾਜ ਜੀ ਨੂੰ ਸ਼ਕਲ ਲਈ ਜਲ ਦਿੱਤਾ ਗਿਆ, ਜੇ ਪਿਆਸ ਲੱਗੇ ਪੀਣ ਨੂੰ ਪਾਣੀ ਨਹੀਂ ਦੇਣਾ, ਜੇ ਭੁੱਖ ਲੱਗੇ ਸ਼ਕਲ ਨੂੰ ਇਹਨਾਂ ਨੂੰ ਪ੍ਰਸ਼ਾਦਾ ਨਹੀਂ ਦੇਣਾ, ਨਾ ਪਾਣੀ ਨਾ ਪ੍ਰਸ਼ਾਦਾ। ਸਤਿਗੁਰੂ ਨੂੰ ਭੁੱਖੇ ਰੱਖ ਕੇ ਚਾਹੁੰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਇਹ ਮੰਨ ਜਾਣ, ਪਰ ਇੰਨਾ ਪਤਾ ਨਹੀਂ ਜਿਹੜਾ ਸਤਿਗੁਰੂ ਆਪ ਬਾਣੀ ਦੇ ਅੰਦਰ ਬਚਨ ਕਰਦਾ ਹੋਵੇ ਕਿ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਉਹਨੂੰ ਪਾਣੀ ਦੀ ਪਿਆਸ ਨਾਲ ਤੇ ਪੇਟ ਦੀ ਭੁੱਖ ਦੇ ਨਾਲ ਉਹਦੇ ਅਸੂਲ ਤੋਂ ਕਦੀ ਵੇਗਿਆ ਨਹੀਂ ਜਾ ਸਕਦਾ। ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਭੁੱਖਿਆਂ ਤੇ ਪਿਆਸਿਆਂ ਰੱਖਿਆ, ਜਦੋਂ ਹਜ਼ੂਰ ਉੱਤੇ ਕੋਈ ਅਸਰ ਨਹੀਂ ਹੋਇਆ ਤੇ ਭਾਈ ਸੰਤੋਖ ਸਿੰਘ ਦੇ ਮੁਤਾਬਕ ਕਹਿੰਦੇ ਨੇ ਅੱਜ ਸੂਰਜ ਪੂਰੇ ਜੋਬਨ ਤੇ ਤਪਿਆ, ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਰੇਤਾ ਇਸ ਤਰ੍ਹਾਂ ਤਪਦਾ ਪਿਆ ਜਿਵੇਂ ਮਨ ਨੂੰ ਪੱਤ ਤਪਦਾ ਹੋਵੇ। ਜਦੋਂ ਪੂਰੇ ਜੋਬਨ ਤੇ ਸੂਰਜ ਸ਼ਿਖਰ ਤੇ ਤਪਦਾ ਪਿਆ ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ, ਭੁੱਖੇ ਤੇ ਪਿਆਸੇ ਰੱਖਣ ਤੋਂ ਬਾਅਦ ਸਤਿਗੁਰੂ ਨੂੰ ਉਸ ਤਪੀ ਹੋਈ ਰੇਤ ਦੇ ਉੱਤੇ ਬਿਠਾ ਦਿੱਤਾ ਗਿਆ ਤੇ ਮੇਰਾ ਸਤਿਗੁਰੂ ਉਸ ਤਪਦੀ ਰੇਤ ਤੇ ਚੌਂਕੜਾ ਮਾਰ ਕੇ ਬੈਠ ਗਏ ਤੇ ਉਸ ਪਿਆਰੇ ਦੀ ਯਾਦ ਵੀ ਜੁੜੇ। ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਵਾਂ, ਵੈਸੇ ਅੱਗ ਦੇ ਨਾਲ ਪਹਿਲਾਂ ਵੀ ਕਈ ਭਗਤਾਂ ਦਾ ਰੱਬੀ ਇਸ਼ਕ ਵਾਲਿਆਂ ਦਾ ਵਾਹ ਪਿਆ, ਪਰ ਜੋ ਕੁਝ ਗੁਰੂ ਅਰਜਨ ਦੇਵ ਜੀ ਨੇ ਕਰ ਦਿੱਤਾ ਸ਼ਾਇਦ ਇਹਦੀ ਮਿਸਾਲ ਕਿਤੇ ਦੁਨੀਆਂ ਵਿੱਚ ਮਿਲਦੀ ਹੋਵੇ। ਸਤਿਗੁਰੂ ਕੀ ਬਾਣੀ ਵਿੱਚੋਂ ਕੁਝ ਪ੍ਰਮਾਣ ਦੇ ਕੇ ਅਰਜ਼ ਕਰਨੀ। ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ, ਉਬਲਦੀ ਦੇਗ ਵਿੱਚ ਬੈਠੇ, ਸੀਸ ਵਿੱਚ ਗਰਮ ਰੇਤਾ ਪਾਇਆ ਤੇ ਸਿੱਖ ਵਿਦਵਾਨ ਕਹਿੰਦੇ ਨੇ ਇਸ ਤੋਂ ਪਹਿਲਾਂ 2 ਘਟਨਾਵਾਂ ਹੋਰ ਵੀ ਨੇ। ਇੱਕ ਤਾਂ ਬੜੀ ਪੁਰਾਤਨ ਏ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਤੇ ਜਿਹੜੀ ਹਰਨਾਕਸ਼ ਤੇ ਪ੍ਰਹਿਲਾਦ ਨਾਲ ਸੰਬੰਧਿਤ ਏ, ਤੇ ਦੂਸਰੀ ਘਟਨਾ ਕਹਿੰਦੇ ਨੇ ਨਿਮਰੂਦ ਦੀ ਕਚਹਿਰੀ ਅੰਦਰ ਹਜ਼ਰਤ ਇਬਰਾਹਿਮ ਨਾਲ ਸੰਬੰਧਿਤ ਏ। ਦੋਨੋਂ ਰੱਬੀ ਇਸ਼ਕ ਵਿੱਚ ਭਿੱਜੇ ਨੇ, ਇਬਰਾਹਿਮ ਵੀ ਪਰਮੇਸ਼ਵਰ ਖੁਦਾ ਦੇ ਪ੍ਰੇਮ ਵਿੱਚ ਭਿੱਜੇ, ਪ੍ਰਹਿਲਾਦ ਵੀ ਪ੍ਰਭੂ ਦੀ ਯਾਦ ਵਿੱਚ ਜੁੜਿਆ, ਪਰ ਅੱਜ ਇਹਨਾਂ ਦੋਨਾਂ ਦੇ ਸਾਹਮਣੇ ਆਈਏ। ਪਰ ਵਾਹਿਗੁਰੂ ਨੂੰ ਪ੍ਰੇਮ ਕਰਨ ਵਾਲੇ ਸਾਬਤ ਤਾਂ ਨਿਕਲ ਗਏ ਨੇ, ਪਰ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਤੱਕ ਲੋਕਾਂ ਦੇ ਮਨ ਵਿੱਚ ਇੱਕ ਸ਼ੰਕਾ ਬੈਠਾ ਰਿਹਾ, ਜਿਸ ਸ਼ੰਕੇ ਨੂੰ ਗੁਰੂ ਅਰਜਨ ਦੇਵ ਨੇ ਨਿਵਰਤ ਕਰ ਦਿੱਤਾ। ਮੈਂ ਅਰਜ਼ ਕਰਾਂ, ਹਜ਼ਰਤ ਇਬਰਾਹਿਮ ਨੇ ਖੁਦਾ ਦਾ ਜਦੋਂ ਨਾਰਾ ਮਾਰਿਆ ਤੇ ਨਮਰੂਦ ਨੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਨੇ,
मैं गुरु अर्जन देव जी वल आना चाहना, सिर्फ दो तीन उदाहरण दे के। शहीदां दा सरताज है गुरु अर्जन देव, कहिंदे ने नमरूद ने इब्राहिम नूं कहा सी, जे तू खुदा प्रस्त है, जे तू हक दा नारा मारना है, ते आ बलदे होए अंगियार ने, मैं तां तेनू समझांगा तू रब्बी इश्क विच भिजा है। जे तू तपते होए अग दे अंगियारियां ते नंगे पैर तुर के दिखा दें, ते तवारीख गल कहिंदी है कि नमरूद ने भकदे होए अंगियारे जमीन ते विछा दिते ने, अग दियां लपटां उन्हां अंगियारियां विचों निकलदियां ने, ते हजरत इब्राहिम उस खुदा दी टेक लैके कि या खुदा देखी इन्हां अंगियारियां दे उपर मैं साबित रह जावां। जदों उन्हें खुदा दे चरणां विच अर्ज कीती, कहिंदे ने तवारीख मुताबक ओ अग दे अंगियारे फुल बन गए, ते इस तरह अग दे अंगियारे फुल बन गए कि हजरत इब्राहिम नूं तुरदियां बिल्कुल भी मुश्किल ना आई। हजरत इब्राहिम तां साफ निकल गया, अग दे अंगियारियां नूं फुल बना के उन्हां नूं लंघ गया उपरों, पर उहदे जाण तों बाद लोकां ने एक गल शुरू कर दित्ती, ठीक है इब्राहिम जित के गया है, पर जे अग अपना सुभा ना बदलती ते शायद हजरत इब्राहिम डोल जांदा। जे अग दे अंगियारे फुल ना बलदे, मैं अर्ज कर रहा गुरु अर्जन देव ने कोई दुनिया का शंका रहने नहीं दिता। लोगों ने कहा देखो करामात सी, इब्राहिम ने अग दे अंगियारे फुल बना दिते, ताई ता ओ इन्हां उपर बड़े सुखैन तरीके निकल गया, ते जे अग अग रही ते शायद इब्राहिम डोल जांदा, अग दे अंगियारियां ते ना तुर सकता। एदा मतलब के रब्बी आशक परवान ता हो गया, पर ओदे जान तो बाद ओदी करनी ते लोका ने शक कीता कि ए ता अग सुभा बदल गई सी, ते जे अग सुभा ना बदलती उन्हें डोल जाना सी। दूजा बाणी विच प्रमाण हजूर ने दिता है, गुरु अमरदास जी दी बाणी भी है, भगत नामदेव जी दा भी वचन है, प्रहलाद ने भी एक रब दा वैगुरु दे नाम दा नारा मारे है, ते बाप ने अग एदे सामने भी लियांदी है, खोलका नू आप चिखा विच बिठाया है। ए गल वखरी के खोलका सड़ के राख होगी, प्रहलाद बच गया। दूसरी उदाहरण ने थम तपाए ने बाणी विचों प्रमाणे, तपते थम ने ते कह जे तू हरनाक्ष नू नहीं जपना, जले हरी थले हरी गौना, ते एक कम कर आ तपदे हुए थम नू तू जपी पा लै, वेखांगे तेरा भगवान है। ते गुरु ग्रंथ साहिब कहिंदे ने उस प्रहलाद ने जदों तपदे हुए थम नू अपने हथां नाल गवकड़ी पाई, कहन लगे ओ थम बिल्कुल ठंडा सीत हो चुका सी। प्रहलाद भी प्रवान चढ़ गया, उन्हें भी तपदे थम नू हाथ पाया, ते तपदा थन थम बिल्कुल ठंडा सीत हो गया। पर लोकां दे मन विच एक गल फिर बैठ गई कि जे किते भगवान तू थम उत्ते कीड़ी दे रूप विच ना आउंदा ते शायद प्रहलाद डोल जांदा। ते लोकां धारणा भी पड़ियां कि कीड़ी ना बन दो रामा, प्रहलाद डोल जांदा। साहिब ने बाणी विच प्रमाण दिता, कहन लगे दुष्ट सभा मिल मंत्र पकाया, कर सै औध कनेरी गिर तर जल ज्वाला पै राख्यो। ज्वाला दर से अग गिर तर जर जल ज्वाला पै राख्यो। राजा राम माया फेरी के उस परमेश्वर ने इन्हां दा सुभा ही चेंज कर दिता। गुरु ग्रंथ साहिब मुताबक कहन लगे अग दा सुभा ओ तपदी सी बिल्कुल शांत हो गई, पर लोग तां फिर भी कहन लग पे प्रहलाद तू परवान तां चढ़ गया है, पर जे किते अग अग रहिंदी ते शायद तू डोल जांदा, क्योंकि ओदे कोले फुल बन गए। एदा तपदा होया थम जेड़ा ओ ठंडा हो गया। बाणी विचों दो प्रमाण होर ने, तर्क नहीं पर लोकां दे शंके निवृत्त कर दिते। गुरु अर्जन देव ने भगत कबीर नू गंगा दियां लहरां में सटिया, बन के जंजीरां नू सटिया, ते भगत कबीर जी दियां जंजीरां बाणी मुताबक पानी ने तोड़ दित्तियां। ओ खुद कहिंदे ने गंगा की लहर मेरी टुटी जंजीर, पर एक मानवी सवाल सी कि जे ओ लहरां जंजीर नू ना तोड़ दियां ते भगत दा बचाव होना सी। दूजा प्रमाण है उहनां दी बाणी विच कि उहनां नू हाथी दे अगे सटिया, ओ कहिंदे ने हाथी ने मेरे शरीर नू तक के नमस्कार कीती, कुंचर पोट लै लै नमस्कारे।
ਇਹਦਾ ਮਤਲਬ ਹਾਥੀ ਨੇ ਸੁਭਾਅ ਚੇਂਜ ਕਰ ਲਿਆ। ਉਹ ਕਬੀਰ ਅੱਗੇ ਝੁਕਣ ਲੱਗਾ ਤੇ ਇੱਕ ਸਵਾਲ ਉੱਠਦਾ ਸੀ, ਜੇ ਹਾਥੀ ਆਪਣਾ ਸੁਭਾਅ ਚੇਂਜ ਨਾ ਕਰਦਾ ਫਿਰ ਕੀ ਬਣਦਾ? ਸਾਹਿਬ ਨੇ ਬਾਣੀ ਵਿੱਚ ਤੀਜਾ ਪ੍ਰਮਾਣ ਦਿੱਤਾ। ਭਗਤ ਨਾਮਦੇਵ ਉਹਦੇ ਸਾਹਮਣੇ ਵੀ ਆਇਆ, ਸਾਹਿਬ ਦੀ ਬਾਣੀ ਮੁਤਾਬਕ ਹਜ਼ੂਰ ਜੀ ਕਹਿੰਦੇ ਨੇ, ਪਾਵੋਂ ਬੇੜੀ ਹੱਥੋਂ ਤਾਲ, ਨਾਮਾ ਗਾਵੇ ਗੁਣ ਗੋਪਾਲ। ਪੈਰਾਂ ਵਿੱਚ ਬੇੜੀਆਂ ਨੇ, ਹੱਥਾਂ ਵਿੱਚ ਹੱਥ ਘੜੀਆਂ ਨੇ। ਨਾਮਦੇਵ ਵੀ ਉਸ ਵਕਤ ਗੀਤ ਗਾਉਂਦਾ ਹੈ। ਜਦੋਂ ਇਹਦੇ ਤੇ ਤਸ਼ੱਦਦ ਕੀਤਾ ਤੇ ਇੱਕ ਪੁਕਾਰ ਕੀਤੀ, ਸਾਤ ਘੜੀ ਜਾਂ ਬੀਤੀ ਸੁਣੀ, ਅਜੂ ਨਾ ਆਇਓ ਤਰ ਭਵਨ ਧਣੀ। ਪਾਖੰਤਨ ਬਾਜ ਵਜਾਇਲਾ, ਗਰੁੜ ਚੜੇ ਗੋਬਿੰਦ ਆਇਲਾ। ਤੇ ਇੱਥੇ ਇੱਕ ਗੱਲ ਪਰਮੇਸ਼ਵਰ ਨੇ ਕਈ ਬਾਣੀ ਵਿੱਚੋਂ, ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉਪਰ ਧਰੂੰ, ਕਹੇ ਤਾਂ ਮੁਈ ਗਊ ਦਿਉਂ ਜੀ ਆਏ, ਸਭ ਕੋਈ ਦੇਖੇ ਪਤੀ ਆਏ। ਇਹਦਾ ਮਤਲਬ ਇੱਕ ਭਗਤ ਦੀ ਖਿੱਚ ਲਈ, ਜਦੋਂ ਉਹ ਪੁਕਾਰ ਕਰਦਾ ਤੇ ਆਵਾਜ਼ ਆਉਂਦੀ ਹੈ, ਨਾਮਦੇਵ ਤੇਰੀ ਖਾਤਰ ਮੈਂ ਧਰਤੀ ਨੂੰ ਵੀ ਗਰ ਕਰ ਸਕਣਾ ਵਾ, ਮਰੀ ਗਾਂ ਜਿੰਦੀ ਕਰ ਦਿੱਤੀ। ਬਾਣੀ ਮੁਤਾਬਕ ਮੈਂ ਅਰਜ਼ ਕਰਾਂ, ਤਿੰਨ ਚਾਰ ਉਦਾਹਰਣਾਂ ਨੇ। ਲੋਕਾਂ ਦੇ ਮਨ ਵਿੱਚ ਇੱਕ ਤਰਕ ਸੀ ਕਿ ਜੇ ਅੰਗਿਆਰੇ ਫੁੱਲ ਨਾ ਬਣਦੇ ਇਬਰਾਹਿਮ ਡੋਲ ਗਿਆ ਸੀ, ਜੇ ਥੰਮ ਠਰਦਾ ਨਾ ਪ੍ਰਹਿਲਾਦ ਡੋਲ ਗਿਆ ਸੀ, ਜੇ ਗੰਗਾ ਦੀਆਂ ਲਹਿਰਾਂ ਜੰਜੀਰ ਨਾ ਕੱਟਦੀਆਂ, ਜੇ ਹਾਥੀ ਸੁਭਾਅ ਨਾ ਬਦਲਦਾ ਤੇ ਕਬੀਰ ਦਾ ਕੀ ਬਣਦਾ? ਤੇ ਕਹਿਣ ਲੱਗੇ, ਜੇ ਨਾਮਦੇਵ ਤੇਰੀ ਖਾਤਰ ਉਹ ਭਗਵਾਨ ਇਹ ਸ਼ਬਦ ਨਾ ਵਰਦਾ ਤੇਰਾ ਕੀ ਬਣਦਾ? ਤੇ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ, ਗੁਰੂ ਅਰਜਨ ਦੇਵ ਨੇ ਸ਼ੰਕੇ ਨਿਵਿਰਤ ਕਰ ਦਿੱਤੇ। ਕਹਿਣ ਲੱਗੇ, ਜੇ ਤਪਦੀ ਹੋਈ ਲੋਹ ਵੀ ਆਪਣਾ ਸੁਭਾਅ ਨਾ ਬਦਲੇ, ਜੇ ਬਲਦੇ ਹੋਏ ਅੱਗ ਦੇ ਭੱਠ ਵੀ ਸੁਭਾਅ ਨਾ ਬਦਲਣ, ਜੇ ਉਬਲਦੀ ਹੋਈ ਪਾਣੀ ਦੀ ਦੇਗ ਵੀ ਆਪਣਾ ਸੁਭਾਅ ਨਾ ਬਦਲੇ, ਤੇ ਰੱਬ ਨੂੰ ਇਸ਼ਕ ਕਰਨ ਵਾਲਾ ਇਹਨਾਂ ਵਿੱਚੋਂ ਵੀ ਪ੍ਰਵਾਨ ਹੋ ਜਾਂਦਾ। ਗੁਰੂ ਅਰਜਨ ਦੇਵ ਸਾਹਮਣੇ ਪਹਿਲਾਂ ਉਹਨਾਂ ਨੇ ਤੱਤੀ ਰੇਤੇ ਤੇ ਬਿਠਾਇਆ, ਪਰਤ ਕੇ ਜਦੋਂ ਤੀਜਾ ਦਿਨ ਆਇਆ, ਸਿੱਖ ਵਿਦਵਾਨ ਕਹਿੰਦੇ ਨੇ, ਅੱਜ ਪਾਣੀ ਦੀ ਦੇਗ ਉਬਾਲੀ ਗਈ ਹੈ, ਥੱਲੇ ਅੱਗ ਦੇ ਭਾਂਬੜ ਬਾਲ ਦਿੱਤੇ, ਉਧਰ ਸੂਰਜ ਅੱਗ ਪਿਆ ਸੜਦਾ, ਇਧਰ ਥੱਲੇ ਪਾਣੀ ਦੇ ਅੱਗ ਪਈ ਬਲਦੀ ਏ। ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ ਤੇ ਸਤਿਗੁਰੂ ਨੂੰ ਉਬਲਦੀ ਦੇਗ ਵਿੱਚ ਬੈਠਣ ਲਈ ਕਿਹਾ ਗਿਆ। ਕਦੀ ਤੱਕੋ ਖਾਂ, ਜਿਹੜਾ ਗੁਰੂ ਸਿੱਖਾਂ ਦੇ ਅੰਦਰ ਨੂੰ ਠੰਡ ਦਿੰਦਾ, ਜਿਹੜਾ ਦੀਨ ਦੁਨੀ ਦਾ ਪਾਤਸ਼ਾਹ ਮੇਰਾ ਸਤਿਗੁਰੂ ਸਿੱਖਾਂ ਨੂੰ ਰੂਹਾਨੀਅਤ ਦੇ ਸੋਮੇ ਨਾਲ ਜੋੜਦਾ ਪਿਆ, ਉਹ ਗੁਰੂ ਅਰਜਨ ਦੇਵ ਜੀ ਉਬਲਦੀ ਦੇਗ ਵਿੱਚ ਬਿਠਾਏ ਗਏ ਨੇ। ਪਰ ਨਾਲ ਇੱਕ ਗੱਲ ਕਹਿ ਦਿੱਤੀ, ਮੁਰਤਜਾ ਖਾਂ ਚੇਤੇ ਰੱਖੀ, ਰੰਗ ਦੋ ਤਰ੍ਹਾਂ ਦੇ ਨੇ, ਇੱਕ ਕੁਸੰਬੇ ਦਾ, ਦੂਸਰਾ ਰੰਗ ਮਜੀਠ ਦਾ। ਕੁਸੰਬੇ ਦਾ ਰੰਗ ਤਾਂ ਠੰਡੇ ਪਾਣੀ ਦੇ ਛੱਤੇ ਮਾਰਿਆਂ ਵੀ ਉਤਰ ਜਾਂਦਾ, ਪਰ ਮਜੀਠ ਦਾ ਰੰਗ ਇੰਨਾ ਕੁ ਪੱਕਾ, ਜੇ ਉਹਨੂੰ ਗਰਮ ਪਾਣੀ ਦੇ ਵਿੱਚ ਵੀ ਆਪਾਂ ਬਸਤਰ ਨੂੰ ਪਾ ਦਈਏ ਤੇ ਮਜੀਠੀ ਰੰਗ ਕਦੀ ਵੀ ਗਰਮ ਪਾਣੀ ਦੇ ਪ੍ਰਭਾਵ ਨਾਲ ਉਤਰਦਾ ਨਹੀਂ। ਗੁਰੂ ਅਰਜਨ ਦੇਵ ਉਹਨਾਂ ਨੇ ਕੇਵਲ ਬਾਣੀ ਵਿੱਚ ਕਿਹਾ ਨਹੀਂ, ਮੈਂ ਇੱਕ ਅਰਜ਼ ਹੋਰ ਕਰਨੀ ਹੈ। ਅੱਜ ਤੀਕਰਾਂ ਸਾਰੇ ਧਰਮ ਇਹ ਕਹਿੰਦੇ ਨੇ ਕਿ ਮਨੁੱਖ ਨੇ ਜੀਵਨ ਕਿਵੇਂ ਜੀਣਾ, ਹਰ ਕੋਈ ਕਹਿੰਦਾ ਕਿ ਜ਼ਿੰਦਗੀ ਮਿਲੀ ਏ, ਮਨੁੱਖਾ ਜਨਮ ਮਿਲਿਆ, ਇਸ ਜੀਵਨ ਨੂੰ ਕਿਵੇਂ ਜੀਣਾ। ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦਾ, ਕਹਿੰਦਾ ਸ਼ਾਇਦ ਇਹ ਪਹਿਲੀ ਉਦਾਹਰਨ ਮਿਲੇਗੀ ਦੁਨੀਆ ਅੰਦਰ। ਆਮ ਧਰਮ ਕਹਿੰਦੇ ਨੇ ਜਨਮ ਮਿਲਿਆ ਤੇ ਜੀਣਾ ਕਿਵੇਂ ਵੇ, ਉਹ ਕਹਿੰਦਾ ਪਰ ਗੁਰੂ ਅਰਜਨ ਦੇਵ ਕਹਿੰਦਾ ਜੇ ਜਨਮ ਮਿਲਿਆ ਤੇ ਜ਼ਿੰਦਗੀ ਬਤੀਤ ਕਿਵੇਂ ਕਰਨੀ ਏ, ਜੇ ਮੌਤ ਆਵੇ ਤੇ ਮਰਨਾ ਕਿਵੇਂ। ਸਾਹਿਬ ਨੇ ਜੀਵਨ ਦੇ ਜਾਚ ਨਾਲ ਮਰਨ ਦੀ ਜਾਚ ਵੀ ਦੱਸੀ ਏ। ਹਜ਼ੂਰ ਨੇ ਬਾਣੀ ਵਿੱਚ ਨਹੀਂ ਕਿਹਾ, ਕਹਿਣ ਲੱਗੇ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਇਹੀ ਤਾਂ ਇੱਕ ਮਰਨ ਦੀ ਜਾਚ ਏ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਕੇਵਲ ਜੀਣ ਦੀ ਨਹੀਂ ਮਰਨ ਦੀ ਜਾਚ ਵੀ ਏ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਉਬਲਦੀ ਦੇਗ ਵਿੱਚ ਬਿਠਾਇਆ ਤੇ ਉਸ ਗੁਰੂ ਦਾ ਕਿਰਦਾਰ ਗਾ ਰਿਹਾ ਸੀ, ਸਜਣੋ ਮੇਰਾ ਅੰਦਰ ਤਾਂ ਨਾਮ ਵਿੱਚ ਰੰਗਿਆ। ਤੇ ਸਹਿਬ ਪੜ੍ਹਦੇ ਪਏ ਸਨ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਜਿਹਦੇ ਅੰਦਰ ਨਾਮ ਦਾ ਰੰਗ ਏ, ਮਜੀਦ ਦਾ ਰੰਗ ਏ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਤੁਸੀਂ ਉਹਦੇ ਅੰਦਰ ਨੂੰ ਕਿਵੇਂ ਡੁਲਾ ਸਕਦੇ ਹੋ ਜਿਹੜਾ ਆਪ ਕਹਿੰਦਾ ਹੋਵੇ, ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਗੁਰੂ ਅਰਜਨ ਦੇਵ ਜੀ ਨੂੰ
ਉਬਲਦੀ ਦੇਗ ਵਿੱਚ ਉਬਾਲਿਆ ਗਿਆ। ਸਿੱਖ ਵਿਦਵਾਨ ਕਹਿੰਦੇ ਨੇ ਚਮੜੀ ਦੇ ਫਲੂਏ ਬਣ ਗਏ ਨੇ, ਚਮੜੀ ਜਿਹੜੀ ਇਹ ਸਾਰੀ ਚੁਲਸੀ ਪਈ ਏ। ਗੁਰੂ ਅਰਜਨ ਦੇਵ ਨੂੰ ਅੱਜ ਫਿਰ ਰਾਤ ਹਵੇਲੀ ਵਿੱਚ ਰੱਖਿਆ ਤੇ ਅਗਲਾ ਦਿਨ ਆਇਆ। ਉਹਨਾਂ ਦੇ ਬਚਨਾਂ ਮੁਤਾਬਕ ਅੱਜ ਵੀ ਗੁਰੂ ਅਰਜਨ ਦੇਵ ਜੀ ਦੇ ਚਿਹਰੇ ਤੇ ਲਾਲੀਏ, ਅੰਦਰ ਨਾਮ ਦੀ ਕਿਰਪਾ ਪਈ ਵਰਸਦੀਏ ਤੇ ਮੇਰੇ ਦਾਤਾ ਜੀ ਅੱਜ ਸਾਰੀ ਰਾਤ ਪ੍ਰੀਤਮ ਦੀ ਯਾਦ ਵੀ ਜੁੜੇ ਰਹੇ ਨੇ। ਜਦੋਂ ਦੂਜਾ ਦਿਨ ਚੜਿਆ, ਅੱਜ ਜ਼ਾਲਮ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਅੱਗ ਬਾਲੀ ਤੇ ਉੱਤੇ ਗਰਮ ਲੋਹ ਤਪਾਉਣ ਵਾਸਤੇ ਲੋਹ ਰੱਖ ਦਿੱਤੀ ਏ ਤੇ ਲੋਹ ਬਿਲਕੁਲ ਲਾਲ ਸੁਰਖ ਹੋ ਗਈ ਤੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ, ਜੇ ਤੈਨੂੰ ਅਜੇ ਵੀ ਸਾਡੀਆਂ ਗੱਲਾਂ ਪਰਵਾਹ ਨਹੀਂ ਤੇ ਇਸ ਲਾਲ ਸੁਰਖ ਹੋਈ ਲੋਹ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਜਾ। ਕਹਿੰਦੇ ਨੇ ਦੇਖੋ ਅੱਜ ਦੁਨੀਆਂ ਦੇ ਲੋਕੋ, ਉਹ ਸਤਿਗੁਰੂ ਜਿਹੜੇ ਹਰਿਮੰਦਰ ਵਿੱਚ ਕੀਰਤਨ ਕਰਦੇ ਨੇ, ਜਿਹੜੇ ਠੰਡ ਦੇ ਸੋਮੇ ਨੇ, ਲਾਲ ਸੁਰਖ ਹੋਈ ਤਵੀ ਏ ਤੇ ਗੁਰੂ ਅਰਜਨ ਦੇਵ ਜੀ ਉਸ ਤਵੀ ਦੇ ਉੱਪਰ ਚੌਂਕੜਾ ਮਾਰ ਕੇ ਬੈਠ ਗਏ ਨੇ ਤੇ ਆਇਆ ਪਛਿਆਰਾ, ਰੇਤ ਇੱਕ ਪਾਸੇ ਤਪਦੀ ਪਈ ਏ। ਅੱਜ ਨਾ ਤਾਂ ਤਵੀ ਨੇ ਸੁਭਾਅ ਬਦਲਿਆ, ਇਹ ਵੀ ਲਾਲ ਸੁਰਖ ਏ, ਨਾ ਅੱਜ ਅੱਗ ਨੇ ਸੁਭਾਅ ਬਦਲਿਆ ਤੇ ਜਿਹੜੀ ਸ਼ੀਸ਼ ਵਿੱਚ ਰੇਤ ਪਾਉਣ ਲੱਗੇ ਨੇ ਇਹ ਵੀ ਉਹੀ ਤਪਦੀ ਪਈ ਏ। ਜਿਹੜੀ ਦਾਣੇ ਭੁੰਨਣ ਵਾਲੀ ਏ ਉਹ ਜੀ ਰੇਤ ਸ਼ੀਸ਼ ਵਿੱਚ ਪਾਈਏ। ਤੇ ਕਹਿੰਦੇ ਨੇ ਉਸ ਵਕਤ ਸਾਈ ਮੀਆਂ ਮੀਰ ਆਇਆ, ਆਖਰ ਮੇਰੇ ਗੁਰੂ ਦਾ ਚਰਨਾਂ ਦਾ ਸੇਵਕ ਸੀ। ਕਈ ਵਿਦਵਾਨਾਂ ਨੇ ਇਸ ਘਟਨਾ ਨੂੰ ਰੋਚਕ ਬਣਾਉਣ ਲਈ ਬਚਨ ਵੀ ਕੀਤੇ ਨੇ। ਮੈਂ ਰਾਤ ਵੀ ਸੰਕੋਚੇ ਅਰਜ ਕੀਤੀ, ਸਾਈ ਮੀਆਂ ਮੀਰ ਗੁਰੂ ਕਾ ਸਿੱਖ ਸੀ, ਇਹ ਆਪ ਗੁਰੂ ਕੀ ਬਾਣੀ ਪੜ੍ਹਦਾ ਸੀ, ਇਹਦੀ ਸੰਗਤ ਕਰਕੇ ਤਾਂ ਬੀਬੀ ਕੌਲਾਂ ਨੂੰ ਬਾਣੀ ਦਾ ਰੰਗ ਲੱਗਾ ਸੀ। ਕਹਿੰਦੇ ਨੇ ਸਾਈ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਤੇ ਜਿੱਦਣ ਨੀਂਹ ਰੱਖੀ ਸੀ ਨਾ ਤੇ ਗੁਰੂ ਅਰਜਨ ਦੇਵ ਨੂੰ ਕਿਹਾ ਸੀ ਦਾਤਿਆ ਕਿ ਅੱਜ ਤੁਸੀਂ ਨੀਂਹ ਰੱਖੋ ਖਾਂ। ਸਾਹਿਬ ਨੇ ਕਿਹਾ, ਸਾਈ ਜੀ ਹਰਿਮੰਦਰ ਦੀ ਨੀਂਹ ਤੂੰ ਰੱਖ, ਇੱਕ ਦਿਨ ਸਮਾਂ ਆਉਣਾ ਨੀਂਹ ਮੈਂ ਵੀ ਰੱਖਾਂਗਾ। ਤੇ ਸਾਈ ਨੇ ਸੁਭਾਵਕ ਪੁੱਛ ਲਿਆ ਸੀ, ਗੁਰੂ ਅਰਜਨ ਦੇਵ ਜੀ ਜਿੱਦਣ ਤੁਸੀਂ ਨੀਂਹ ਰੱਖੋਗੇ ਮੈਂ ਕੋਲ ਹੋਵਾਂਗਾ। ਤੇ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸਾਈ ਜੀ ਅੱਜ ਤੁਸੀਂ ਨੀਂਹ ਰੱਖਦੇ ਹੋ, ਦੇਖੋ ਖਾਂ ਮੇਰਾ ਸਿੱਖ ਬਾਬਾ ਬੁੱਢਾ ਖੁਸ਼ ਏ, ਭਾਈ ਗੁਰਦਾਸ ਖੁਸ਼ ਏ, ਅੱਜ ਸਾਡੇ ਰਬਾਬੀ ਕੀਰਤਨ ਪੈ ਕਰਦੇ ਨੇ, ਤੁਹਾਡੇ ਨੀਂਹ ਰੱਖਣ ਤੋਂ ਪਹਿਲਾਂ ਰਬਾਬ ਵੱਜਦੀ ਏ, ਮਿਰਦੰਗ ਵੱਜਦੇ ਨੇ, ਜੋੜੀਆਂ ਵੱਜਦੀਆਂ ਪਈਆਂ ਨੇ ਤੇ ਰਬਾਬਾਂ ਵੱਜਦੀਆਂ ਪਈਆਂ ਨੇ, ਚਾਰ ਚੁਫੇਰੇ ਗੁਰੂ ਕਾ ਲੰਗਰ ਚੱਲਦਾ ਪਿਆ ਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਏ, ਤੁਸੀਂ ਨੀਂਹ ਰੱਖਦੇ ਹੋ ਮੈਂ ਖੁਸ਼ ਹਾਂ, ਮੇਰੇ ਸਿੱਖ ਖੁਸ਼ ਨੇ ਤੇ ਮੇਰੇ ਘਰ ਅੰਦਰ ਸਾਜ ਵਜਾ ਕੇ ਕੀਰਤਨ ਕੀਤਾ ਜਾਂਦਾ ਹੈ ਤੇ ਗੁਰੂ ਕਾ ਲੰਗਰ ਚੱਲਦਾ ਹੈ, ਇੱਕ ਬਚਨ ਮੈਨੂੰ ਕਰ ਦੇ, ਤੂੰ ਨੀਂਹ ਰੱਖੀ ਮੈਂ ਪ੍ਰਸੰਨ, ਮੇਰਾ ਪਰਿਵਾਰ ਖੁਸ਼ ਤੇ ਜਿੱਦਣ ਮੈਂ ਨੀਂਹ ਰੱਖਾਂਗਾ ਹੋਵੇਗਾ ਤੂੰ ਵੀ ਮੇਰੇ ਕੋਲ, ਪਰ ਮੇਰੇ ਨਾਲ ਬਚਨ ਕਰ, ਤੇਰੀਆਂ ਅੱਖਾਂ ਵਿੱਚ ਪਾਣੀ ਨਹੀਂ, ਤੂੰ ਵੀ ਉਸ ਵਕਤ ਨੀਂਹ ਰੱਖਦਿਆਂ ਦੇਖ ਕੇ ਪ੍ਰਸੰਨ ਹੋਵੇਗਾ, ਨੀਂਹ ਮੈਂ ਵੀ ਰੱਖਣੀ ਏ। ਕੁਝ ਵਿਦਵਾਨਾਂ ਨੇ ਬਚਨ ਬੜੇ ਪਿਆਰੇ ਕਹੇ। ਮੈਂ ਅਰਜ ਕਰਾਂ ਕਿ ਕਈ ਘਟਨਾਵਾਂ ਐਸੀਆਂ ਹੁੰਦੀਆਂ ਨੇ, ਹਰ ਇੱਕ ਵਿਦਵਾਨ ਦੇ ਅੰਦਰ ਦੀ ਉਡਾਰੀ ਵੀ ਹੁੰਦੀ ਏ, ਕੋਸ਼ਿਸ਼ ਉਹ ਕਰਦਾ ਕਿ ਇਸ ਢੰਗ ਨਾਲ ਘਟਨਾ ਨੂੰ ਬਿਆਨ ਕਰੇ ਲਿਖੇ ਕਿ ਸੁਣਨ ਵਾਲੇ ਦੇ ਅੰਦਰ ਕੁਝ ਧੀਰਜ ਤੇ ਟਿਕਾ ਆਵੇ। ਪਹਿਲੀ ਘਟਨਾ, ਸਾਈ ਮੀਆਂ ਮੀਰ ਨੇ ਇੱਕ ਹੋਰ ਗੱਲ ਕਹੀ ਸੀ, ਜਿੱਦਣ ਹਜ਼ੂਰ ਦੀ ਬਾਣੀ ਪੜ੍ਹਦਾ ਪਿਆ ਸੀ ਨਾ ਤੇ ਸਾਹਮਣੇ ਗੁਰੂ ਕੀ ਬਾਣੀ ਦੀ ਇਹ ਤੁਕ ਆ ਗਈ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤੇ ਸਾਈ ਨੇ ਗੁਰਦੇਵ ਦੇ ਚਰਨਾਂ ਵਿੱਚ ਅਰਜ ਕੀਤੀ ਸੀ ਕਿ ਦਾਤਾ ਜੀ ਬਾਣੀ ਮੈਂ ਤੇਰੀ ਪੜ੍ਹਨਾ ਵਾਂ, ਪਰ ਸਿੱਖ ਦੇ ਮਨ ਵਿੱਚ ਜੇ ਸ਼ੰਕਾ ਪੈਦਾ ਹੋਵੇ ਤੇ ਗੁਰੂ ਸ਼ੰਕੇ ਨੂੰ ਨਿਵਿਰਤ ਕਰਦਾ। ਆ ਜਿਹੜੀ ਬਾਣੀ ਦੀ ਤੁਕ ਪੜੀ ਏ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਕਿ ਸਤਿਗੁਰੂ ਇਹ ਇੱਕ ਉਡਾਰੀ ਏ ਅੰਦਰ ਖਿਆਲਾਂ ਦੀ, ਜਾਂ ਸਤਿਗੁਰੂ ਇਹਦੇ ਪਿੱਛੇ ਅਸਲੀਅਤ ਵੀ ਏ, ਕੀ ਕੋਈ ਆਪਣੇ ਤਨ ਮਨ ਨੂੰ ਕੱਟਣ ਲਈ ਤਿਆਰ ਹੋ ਸਕਦਾ, ਕੀ ਤਪਦੀ ਕੋਈ ਅੱਗ ਦੇ ਵਿੱਚ ਆਪਣੇ ਤਨ ਨੂੰ ਕੋਈ ਸਾੜ ਸਕਦਾ। ਤੇ ਗੁਰਦੇਵ ਨੇ ਇੱਕ ਗੱਲ ਕਹੀ ਸੀ, ਸਾਈ ਜੀ ਬਾਣੀ ਵਿੱਚ ਫੋਕੀਆਂ ਉਡਾਰੀਆਂ ਨਹੀਂ, ਜੋ ਕੁਝ ਗੁਰੂ ਕੀ ਬਾਣੀ ਵਿੱਚ ਕਿਹਾ ਹੈ ਉਹ ਗੁਰੂ ਵੀ ਕਰਕੇ ਦਿਖਾਏਗਾ ਤੇ ਸਿੱਖ ਵੀ ਕਰਕੇ ਦਿਖਾਣਗੇ। ਤੇ ਮੈਂ ਅਰਜ ਕਰਨਾ ਹੁੰਦਾ, ਬਾਣੀ ਦੇ ਅਰਥ ਤੇ ਸਿੱਖ ਦਾ ਜੀਵਨ ਕਰਦਾ, ਗੱਲਾਂ ਨਹੀਂ। ਕਦੀ ਦੇਖੋ ਖਾਂ
ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਵੀ ਸੋਹੇ ਜ਼ੰਬੂਰ ਖਵੈ ਨਾ ਵੰਜਨ ਗਾਖੜੇ ਖੇ ਦਾਤਿਆ, ਜਦੋਂ ਤੇਰੇ ਤੋਂ ਵਿਛੜ ਜਾਵਾਂ ਤੇ ਵਿਛੋੜਾ ਆਂਜੇ ਜਿਵੇਂ ਜ਼ੰਬੂਰਾਂ ਨਾਲ ਮੇਰੇ ਮਾਸ ਨੂੰ ਕੋਈ ਨੋਚਦਾ, ਪਰ ਤੂੰ ਚੇਤੇ ਹੋਵੇਂ ਤੇ ਜ਼ੰਬੂਰਾਂ ਨਾਲ ਵੀ ਕੋਈ ਨੋਚੇ, ਮੈਨੂੰ ਜ਼ੰਬੂਰਾਂ ਦੀ ਪੀੜ ਨਹੀਂ। ਤੇ ਜੇ ਕੋਈ ਪੁੱਛੇ ਇਹਦੇ ਅਰਥ ਕਿਸੇ ਨੇ ਕੀਤੇ ਨੇ, ਹਾਂ ਕੀਤੇ ਨੇ, ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੇ ਨੇ। ਜੇ ਜ਼ੰਬੂਰਾਂ ਨਾਲ ਨੋਚਿਆ ਪਰ ਜੁੜਿਆ ਗੁਰੂ ਕੀ ਬਾਣੀ ਨਾਲ, ਜਦੋਂ ਪੜ੍ਹਨੇ ਕਰਵਤ ਭਲਾ ਨਾ ਕਰਵਤ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਕੀ ਆਰਾ ਸਾਹਮਣਾ ਹੋਵੇ ਤੇ ਗੁਰੂ ਦੇ ਸਾਹਮਣੇ ਆਰਾ ਚੱਲੇ ਤੇ ਮਨੁੱਖ ਨੂੰ ਪੀੜ ਨਹੀਂ ਲੱਗਦੀ। ਇਹਦੇ ਅਰਥ ਕੀਤੇ ਨੇ ਭਾਈ ਸਾਹਿਬ ਭਾਈ ਮਤੀ ਸਿੰਘ ਮਤੀ ਦਾਸ ਨੇ। ਪੜ੍ਹਨੇ ਆ ਕਿ ਸਾਹਿਬ ਜੀ ਬਾਣੀ ਅੰਦਰ, ਜੋ ਤਨ ਚੀਰੈ ਅੰਗ ਨਾ ਮੋਰੂ, ਪਿੰਡ ਪਰੈ ਤੋਂ ਪ੍ਰੀਤ ਨਾ ਤੋੜੂ, ਜੇ ਮੇਰੇ ਕੋਈ ਟੁਕੜੇ ਟੁਕੜੇ ਕਰ ਦੇ ਮੈਂ ਅੰਗਾਂ ਨੂੰ ਪਿੱਛੇ ਨਹੀਂ ਖਿੱਚਾਂਗਾ। ਕਿ ਇਹਦੇ ਅਰਥ ਕਿਸੇ ਨੇ ਕੀਤੇ ਨੇ? ਹਾਂ ਕੀਤੇ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਨੇ, ਤੇ ਲਾਹੌਰ ਦੀ ਧਰਤੀ ਤੇ ਕੀਤੇ। ਮੇਰੇ ਗੁਰੂ ਦੀ ਬਾਣੀ ਵਿੱਚ ਕੇਵਲ ਉਡਾਰੀਆਂ ਨਹੀਂ, ਅਸਲੀਅਤ ਏ। ਕਹਿਣ ਲੱਗੇ ਸਾਈ ਜੀ ਇਹ ਤੱਤ ਏ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਕਹਿਣ ਲੱਗਾ ਦਾਤਿਆ ਕਿਵੇਂ ਹੋ ਸਕਦਾ? ਖਜ਼ੂਰ ਨੇ ਕਿਹਾ ਸਮਾਂ ਆਏਗਾ ਸਾਈ, ਮੈਂ ਇਸ ਪੰਕਤੀ ਦੇ ਅਰਥ ਵੀ ਕਰਕੇ ਦੱਸਾਂਗਾ। ਕਈ ਵਾਰੀ ਐਸੀਆਂ ਪੰਕਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਅਰਥ ਉਸ ਵੇਲੇ ਨਹੀਂ। ਅੱਜ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਨੇ ਤੇ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਉਸ ਵਕਤ ਸਾਈ ਮੀਆਂ ਮੀਰ ਆਇਆ, ਜਿਹਦੀਆਂ ਭੁੱਬਾਂ ਨਿਕਲ ਗਈਆਂ, ਤੇ ਗੁਰੂ ਅਰਜਨ ਦੇਵ ਮੁਸਕਰਾ ਕੇ ਇੱਕ ਗੱਲ ਕਹੀ, ਸਾਈ ਜੀ ਆਪਣੇ ਬਚਨ ਨੂੰ ਚੇਤੇ ਕਰ, ਤੂੰ ਹਰਿਮੰਦਰ ਦੀ ਨੀਂਹ ਰੱਖੀ, ਮੈਂ ਸ਼ਹੀਦਾਂ ਦੇ ਮੰਦਰ ਦੀ ਪਹਿਲੀ ਨੀਂਹ ਰੱਖੀ, ਜਿੱਦਣ ਤੂੰ ਨੀਂਹ ਰੱਖੀ ਮੈਂ ਪ੍ਰਸੰਨ ਸਾਂ, ਤੇ ਅੱਜ ਮੈਂ ਨੀਂਹ ਰੱਖੀ ਤੇ ਤੇਰੇ ਚਿਹਰੇ ਤੇ ਉਦਾਸੀ ਕਿਉਂ? ਕਹਿਣ ਲੱਗੇ ਦੂਜੀ ਗੱਲ, ਮੈਂ ਅੱਜ ਉਸ ਪੰਕਤੀ ਦੇ ਅਰਥ ਪਿਆ ਕਰਨ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਕਹਿਣ ਲੱਗਾ ਸਤਿਗੁਰੂ ਅੱਜ ਮੇਰੇ ਤੋਂ ਦੇਖਿਆ ਨਹੀਂ ਜਾਂਦਾ, ਸਤਿਗੁਰੂ ਦੇ ਨੇਤਰ ਜਿਹੜੇ ਨੇ ਇਹਨਾਂ ਦੇ ਉੱਪਰ ਫਲੂਵੇ ਹੋ ਚੁੱਕੇ ਸਨ, ਸਾਰੀਆਂ ਜਿਹੜੇ ਇਹ ਪਵਿੱਤਰ ਚਰਨ ਨੇ ਇਹ ਅੱਗ ਨੇ ਬਿਲਕੁਲ ਚਮੜੀ ਨੂੰ ਸਾੜ ਦਿੱਤਾ। ਕਹਿਣ ਲੱਗੇ ਹੱਡੀਆਂ ਨਜ਼ਰ ਪਈਆਂ ਆਉਂਦੀਆਂ ਨੇ, ਜਿਵੇਂ ਚੌਂਕੜਾ ਮਾਰਿਆ, ਜਿਹੜਾ ਤਨ ਉਸ ਲੋਹ ਦੇ ਨਾਲ ਲੱਗਾ ਉਹਦਾ ਮਾਸ ਲੋਹ ਨੇ ਖਿੱਚ ਲਿਆ, ਤੇ ਜਿੱਥੇ ਜਿੱਥੇ ਗਰਮ ਰੇਤ ਪਈ ਪੈਂਦੀ ਏ ਸਤਿਗੁਰੂ ਦੇ ਤਨ ਵਿੱਚੋਂ ਫਲੂਵੇ ਪੈ ਨਿਕਲਦੇ ਨੇ। ਸਾਈ ਕਹਿੰਦਾ ਦਾਤਿਆ ਮੇਰੇ ਤੋਂ ਝੱਲਿਆ ਨਹੀਂ ਜਾਂਦਾ, ਜੇ ਤੂੰ ਕਹੇ ਤਾਂ ਮੈਂ ਇਸ ਲਾਹੌਰ ਤੇ ਦਿੱਲੀ ਨੂੰ ਤਬਾਹ ਕਰ ਸਕਣਾ। ਤੇ ਸਿੱਖ ਵਿਦਵਾਨ ਲਿਖਦਾ ਖਜ਼ੂਰ ਨੇ ਅੱਗੋਂ ਬੜੇ ਪਿਆਰੇ ਬਚਨ ਕਹੇ, ਕਹਿਣ ਲੱਗੇ ਸਾਈ ਜੀ ਮੇਰੇ ਤਨ ਦੇ ਫਲੂਵੇ ਨਾ ਤੱਕੋ, ਤੁਸੀਂ ਤਪਦੀ ਰੇਤ ਨੂੰ ਨਾ ਤੱਕੋ, ਤੂੰ ਪੁੱਛਣਾ ਇੰਨੀ ਗਰਮੀ ਵਿੱਚ। ਹਜ਼ੂਰ ਕਹਿਣ ਲੱਗੇ ਅੱਗ ਵੀ ਤਪਦੀ ਪਈ ਏ, ਲੋਹ ਵੀ ਤਪਦੀ ਪਈ ਏ, ਸੂਰਜ ਵੀ ਤਪਦਾ ਪਿਆ, ਰੇਤ ਵੀ ਤਪਦੀ ਪਈ ਏ, ਜਹਾਂਗੀਰ ਵੀ ਤਪਦਾ ਪਿਆ। ਜਹਾਂਗੀਰ ਸ਼ਹੀਦੀ ਦਾ ਹੁਕਮ ਦੇ ਕੇ ਕਸ਼ਮੀਰ ਨੂੰ ਚਲਾ ਗਿਆ, ਬੈਠਾ ਠੰਡੇ ਇਲਾਕੇ ਵਿੱਚ, ਪਰ ਤਪਦਾ ਉਹ ਵੀ ਪਿਆ। ਦੇਖ ਤਾਂ ਅੱਗ ਤਪਦੀ ਏ, ਰੇਤ ਤਪਦੀ ਏ, ਲੋਹ ਤਪਦੀ ਏ, ਇਹ ਸੂਰਜ ਤਪਦਾ, ਮੁਰਤਜਾ ਖਾਂ ਤਪਦਾ, ਚੰਦੂ ਤਪਦਾ, ਜਹਾਂਗੀਰ ਤਪਦਾ ਪਿਆ। ਇੰਨੇ ਤਪਦੇ ਹੋਏ ਮੈਨੂੰ ਤਪਾਣਾ ਚਾਹੁੰਦੇ ਨੇ, ਪਰ ਇੰਨੇ ਤਪਦਿਆਂ ਹੋਇਆਂ ਦੇ ਵਿੱਚ ਬੈਠਾ ਵੀ ਗੁਰੂ ਅਰਜਨ ਦੇਵ ਉਹਦੇ ਅੰਦਰ ਨੂੰ ਕੋਈ ਤਪਾ ਨਹੀਂ ਸਕਿਆ। ਤਨ ਤਪਦਾ ਪਰ ਅੰਦਰ ਠੰਡੇ। ਸਾਹਿਬ ਨੇ ਉੱਥੇ ਜਿਹੜੇ ਬਚਨ ਕਹਿ, ਉਸ ਅਦੀਬ ਨੇ ਆਪਣੀਆਂ ਪੰਕਤੀਆਂ ਕਹੀਆਂ, ਉਹ ਕਹਿੰਦਾ ਚਾਰ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਤਾ ਸੱਚੀ ਸਰਕਾਰ ਦਾ, ਸਾਈ ਮੀਆਂ ਮੀਰ ਡਿੱਠਾ ਖਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋਕ ਪਿਆ ਚੀਕ ਤੇ ਢਾਹੀ ਮਾਰਦਾ, ਸੁਣ ਸਤਿਗੁਰੂ ਕਿਹਾ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਾਹ ਹਮ ਸ਼ਾਂਤ ਹੈ ਹਰ ਨਾਮ ਸੇ। ਮੇਰੇ ਅੰਦਰ ਤਾਂ ਠੰਡ ਏ, ਅੰਦਰ ਦੀ ਠੰਡ ਨੂੰ ਕੋਈ ਖੋ ਸਕਦਾ? ਉੱਥੇ ਗੁਰਦੇਵ ਨੂੰ ਜਦੋਂ ਤੱਤੀ ਤਵੀ ਤੇ ਬਿਠਾਇਆ, ਖਜ਼ੂਰ ਨੇ ਇੱਕ ਗੱਲ ਕਹੀ, ਕਹਿਣ ਲੱਗੇ ਸਾਈ ਮੀਆਂ ਮੀਰ ਇਹਨਾਂ ਦੇ ਕੰਨਾਂ ਵਿੱਚ ਇੱਕ ਆਵਾਜ਼ ਪਹੁੰਚਾ ਦੇਈ, ਅੱਜ ਇਹਨਾਂ ਦੀਆਂ ਉੱਚੀ ਹਵੇਲੀ ਦੀਆਂ ਦੀਵਾਰਾਂ ਨੇ ਮੇਰੇ ਤਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਏ, ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਏ, ਪਰ ਮੇਰੇ ਤੱਤੀ ਤਵੀ ਬਹਿਣ ਤੋਂ ਬਾਅਦ ਜਿਹੜੀ ਖਲਕਤ ਨੇ ਨਵੀਂ ਕਰਵਤ ਲੈਣੀ ਏ
ਉਹਦੇ ਸਾਹਮਣੇ ਜਹਾਂਗੀਰ ਦੀ ਸਲਤਨਤ ਨੇ ਟਿਕ ਨਹੀਂ ਸਕਣਾ। ਮੇਰੇ ਨਾਲ ਮੇਰੀ ਆਵਾਜ਼ ਨੂੰ ਤਾਂ ਇਹ ਦੇਗ ਵਿੱਚ ਉਬਾਲ ਕੇ ਬੰਦ ਕਰਨਾ ਚਾਹੁੰਦੇ ਨੇ, ਪਰ ਮੇਰੇ ਤੋਂ ਬਾਅਦ ਜਦੋਂ ਹਰਗੋਬਿੰਦ ਨੇ ਕਿਰਪਾਨ ਪਕੜੀ ਤੇ ਇਸ ਸਲਤਨਤ ਨੇ ਮੇਰੇ ਪੁੱਤਰ ਦੀ ਕਿਰਪਾਨ ਅੱਗੇ ਖਲੋ ਨਹੀਂ ਸਕਣਾ। ਇਹਦਾ ਮਤਲਬ ਸਾਹਿਬ ਦੇ ਅੰਦਰ ਦੀ ਇਹ ਭਾਵਨਾ ਨੂੰ ਉਸ ਅਦੀਬ ਨੇ ਪ੍ਰਗਟ ਕੀਤਾ। ਸਾਹਿਬ ਨੇ ਕਿਹਾ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਇਹ ਠੀਕ ਹੈ ਮੇਰੀ ਜੀਭ ਦੀ ਆਵਾਜ਼ ਤੁਰੰਤ ਬੰਦ ਕਰ ਦੇਗਾ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਫਸੀਲੇ ਆਤਿਸ਼ੋ ਆਹਨ ਬਹੁਤ ਬੁਲੰਦ ਸਹੀ, ਭਾਵੇਂ ਅੱਗ ਦੀਆਂ ਲਪਟਾਂ ਉੱਚੀਆਂ ਨੇ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਕਿਸੇ ਕੋਲ ਤਾਕਤ ਹੈ ਉਹਦੀ ਤਲਵਾਰ ਸਾਹਮਣੇ ਖਲੋ ਜਾਏ। ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾਉਣ ਤੋਂ ਬਾਅਦ ਕਹਿਣ ਲੱਗੇ ਹਵੇਲੀ ਵਿੱਚ ਲੈ ਕੇ ਗਏ ਨੇ। ਭਾਈ ਗੁਰਦਾਸ ਨੇ ਆਪਣੀ ਪੌੜੀ ਅੰਦਰ ਇੱਕ ਸ਼ਰਧਾ ਦੀ ਫੁੱਲ ਭੇਟ ਕੀਤੇ ਨੇ ਗੁਰੂ ਅਰਜਨ ਦੇਵ ਨੂੰ, ਭਾਵੇਂ ਉਹਨਾਂ ਨੇ ਰਮਜ਼ ਭਰੇ ਵਚਨ ਕਹੇ ਨੇ। ਕਹਿੰਦੇ ਨੇ ਸਾਧ ਸੰਗਤ ਆਓ ਉਸ ਗੁਰੂ ਅਰਜਨ ਦੇਵ ਤੋਂ ਕੁਰਬਾਨ ਜਾਈਏ, ਜਿਸ ਪਰਉਪਕਾਰੀ ਗੁਰੂ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਸਤਿਗੁਰੂ ਦਿੱਤਾ, ਜਿਸ ਪਰਉਪਕਾਰੀ ਨੇ ਤੁਹਾਨੂੰ ਹਰਿਮੰਦਰ ਸਾਹਿਬ ਵਰਗਾ ਕੇਂਦਰੀ ਅਸਥਾਨ ਦਿੱਤਾ, ਜਿਸ ਪਰਉਪਕਾਰੀ ਨੇ ਤੁਹਾਡੀ ਝੋਲੀ ਦੇ ਅੰਦਰ ਕੀਰਤਨ ਦੀ ਦਾਤ ਪਾ ਦਿੱਤੀ। ਭਾਈ ਗੁਰਦਾਸ ਕਹਿੰਦਾ ਮੇਰੇ ਗੁਰੂ ਅਰਜਨ ਦੇਵ ਜੀ, ਅੱਜ ਮੈਂ ਤੱਕਣਾ ਵਾਂ ਜਦੋਂ ਤੇਰੇ ਜੀਵਨ ਨੂੰ ਤੇਰੀ ਪ੍ਰੀਤ ਤਾਂ ਨਿਭ ਗਈ। ਹਜ਼ੂਰ ਨੇ ਬਾਣੀ ਵਿੱਚ ਵੀ ਬਚਨ ਕੀਤਾ ਨਾ, ਕਹਿਣ ਲੱਗੇ ਸੇਵਕ ਕੀ ਓੜਕ ਨਿਭ ਗਈ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤਾ ਰਾਖਿਓ ਚੀਤ, ਜਿਉਂਦੇ ਵੀ ਚੇਤੇ ਕੀਤਾ ਤੁਰਦਿਆਂ ਵੀ ਪ੍ਰੀਤ ਨਿਭ ਗਈ, ਤੇ ਬਾਕੀ ਮੇਰੇ ਸਾਹਿਬ ਜੀ ਜਿਹੜੇ ਤੁਸੀਂ ਬਚਨ ਕਹਿ ਰੱਤੇ ਸਹੀ, ਜੇ ਮੁੱਖ ਨਾ ਮੁੜਨ ਜਿੰਨੀ ਸੁਝਾਤਾ ਸਾਈ, ਝੜਚੜ ਪਾਉਂਦੇ ਕੱਚੇ ਬਿਰਗੀ ਜਿੰਨਾ ਕਾਰ ਨਾ ਆਈ, ਜਿਹੜੇ ਬਚਨ ਤੁਸੀਂ ਕਹਿ ਅਗਾਂਹ ਕੂ ਤਰਾਂਗ ਪਿਛਾ ਫੇਰ ਨਾ ਮੋਢੜਾ, ਨਾਨਕ ਸਿੱਜ ਅਵੇਹਾ ਵਾਰ ਬੌੜ ਨਾ ਹੋਵੀ ਜਨ ਬੜਾ। ਜਿਹੜੇ ਤੁਸੀਂ ਬਾਣੀ ਵਿੱਚ ਇਹ ਬਚਨ ਕਹਿ ਕੇ ਗਏ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਖੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ, ਜਿਹੜੇ ਬਚਨ ਸਾਹਿਬ ਜੀ ਤੁਸੀਂ ਕਹੇ ਨੇ ਉਹਨਾਂ ਨੂੰ ਕਰ ਦਿਖਾਇਆ। ਭਾਈ ਗੁਰਦਾਸ ਨੇ ਬੜੇ ਪਿਆਰੇ ਬਚਨ ਕਹਿ, ਕਹਿੰਦਾ ਗੁਰੂ ਅਰਜਨ ਦੇਵ ਦੀ ਪ੍ਰੀਤ ਇਸ ਤਰ੍ਹਾਂ ਨਿਭ ਗਈ ਜਿਵੇਂ ਮੱਛੀ ਪਾਣੀ ਵਿੱਚੋਂ ਪਕੜ ਵੀ ਲਈ ਜਾਏ ਤੇ ਉਹਨੂੰ ਅੱਗ ਤੇ ਰੱਖ ਕੇ ਕੋਈ ਭੁੰਨ ਵੀ ਦੇ, ਪਰ ਕਹਿਣ ਲੱਗੇ ਅੱਗ ਨਾਲ ਸੜੀ ਕੋਈ ਮੱਛੀ ਵੀ ਪਾਣੀ ਦੀ ਇੰਤਜ਼ਾਰ ਤੇ ਪਾਣੀ ਨੂੰ ਆਵਾਜ਼ਾਂ ਪਈ ਦਿੰਦੀ। ਮੇਰੇ ਦਾਤਿਆ ਤੇਰੀ ਓੜਕ ਪ੍ਰੀਤ ਇਸ ਤਰ੍ਹਾਂ ਨਿਭ ਗਈ ਜਿਵੇਂ ਮੱਛੀ ਦੀ ਪਾਣੀ ਨਾਲ ਨਿਭ ਗਈ ਏ। ਦੂਜਾ ਪ੍ਰਮਾਣ ਦਿੱਤਾ ਤੈਨੂੰ ਸ਼ਬਦ ਭੁੱਲਿਆ ਨਹੀਂ, ਜਿਵੇਂ ਕੰਡੇ ਗੇੜੇ ਦੀ ਆਵਾਜ਼ ਏ ਤੇ ਮਿਰਗ ਉਸ ਆਵਾਜ਼ ਦੇ ਸਾਹਮਣੇ ਜਾਂਦਾ ਹੈ, ਭਾਵੇਂ ਮਿਰਗ ਨੂੰ ਤੀਰ ਨਾਲ ਸ਼ਿਕਾਰੀ ਵਿੰਨ ਦਿੰਦਾ ਹੈ, ਉਹ ਮੌਤ ਨੂੰ ਕਬੂਲ ਕਰਦਾ ਪਰ ਸ਼ਬਦ ਨੂੰ ਕਦੀ ਛੱਡ। ਤੂੰ ਆਪਣੇ ਸਿਧਾਂਤ ਨੂੰ ਛੱਡਿਆ ਨਹੀਂ, ਤੂੰ ਇਹਦੇ ਤੀਰ ਨੂੰ ਬਰਦਾਸ਼ਤ ਕੀਤਾ। ਉਹਨਾਂ ਤੀਜਾ ਪ੍ਰਮਾਣ ਦਿੱਤਾ ਦੀਵਾ ਬਲਦਾ ਪਤੰਗਾ ਕਿੰਨੀ ਦੂਰ ਤੋਂ ਹੁੰਦਾ, ਆਪਣੇ ਆਪ ਨੂੰ ਅੱਗ ਵਿੱਚ ਲੀਨ ਕਰ ਦਿੰਦਾ। ਗੁਰੂ ਅਰਜਨ ਦੇਵ ਜੀ ਤੁਸੀਂ ਪਤੰਗੇ ਦੀ ਤਰ੍ਹਾਂ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਚੌਥਾ ਪ੍ਰਮਾਣ ਦਿੱਤਾ, ਕਹਿਣ ਲੱਗੇ ਦਾਤਿਆਂ ਕਿ ਅੱਜ ਤੱਕਨੇ ਪਏ ਹਾਂ, ਜਿਹੜੀ ਅੰਤਲੀ ਰਾਤ ਸੀ ਅਖੀਰਲੀ ਬੜੀ ਕਸ਼ਟਦਾਇਕ ਸੀ। ਭਾਈ ਵੀਰ ਸਿੰਘ ਲਿਖਦਾ ਆਖਦਾ ਕਲਮ ਹਿਰ ਦਿਲ ਕੰਬਦਾ ਪਿਆ, ਕਲਮ ਥਿੜਕਦੀ ਪਈ ਏ। ਕਹਿੰਦਾ ਸੱਚ ਪੁੱਛੋ ਮੈਂ ਇੰਨਾ ਕੁਝ ਲਿਖ ਚੱਲਿਆ ਵਾਂ, ਪਰ ਗੁਰੂ ਅਰਜਨ ਦੇਵ ਜੀ ਤੇਰੇ ਤਸੀਹੇ ਮੇਰੀ ਕਲਮ ਜਦੋਂ ਲਿਖਣ ਲੱਗਦੀ ਏ ਤੇ ਥਿੜਕ ਥਿੜਕ ਕੇ ਜ਼ਮੀਨ ਤੇ ਡਿੱਗਦੀ। ਉਹ ਕਹਿੰਦੇ ਨੇ ਜਿਹੜੀ ਅੰਤਲੀ ਰਾਤ ਸੀ ਇੰਨੀ ਕਸ਼ਟ ਭਰੀ ਏ। ਗੁਰੂ ਅਰਜਨ ਦੇਵ ਮਹਾਰਾਜ ਉਸ ਪਿਆਰੇ ਦੇ ਸ਼ੁਕਰ ਵੀ ਜੁੜੇ ਨੇ, ਕਹਿੰਦੇ ਨੇ ਸਤਿਗੁਰੂ ਤੂੰ ਇਸ ਤਰ੍ਹਾਂ ਰਾਤ ਬਤੀਤ ਕੀਤੀ ਜਿਵੇਂ ਭਵਰਾ ਕਮਲ ਦੇ ਫੁੱਲ ਵਿੱਚ ਬੰਨਿਆ ਪਿਆ, ਸਾਰੀ ਰਾਤ ਉਹ ਸੰਪਟ ਡੱਬੇ ਵਿੱਚ ਵੱਜਦਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਤੁਸੀਂ ਭਵਰੇ ਦੀ ਤਰ੍ਹਾਂ ਪ੍ਰੀਤਮ ਦੀ ਯਾਦ ਵਿੱਚ ਟਿਕੇ ਰਹੇ। ਜਿਹੜੇ ਅਖੀਰ ਦੇ ਬਚਨ ਕਹਿ ਸਤਿਗੁਰੂ ਮੱਛੀ ਦੀ ਤਰ੍ਹਾਂ, ਖਿਰਨ ਦੀ ਤਰ੍ਹਾਂ, ਪਤੰਗੇ ਦੀ ਤਰ੍ਹਾਂ, ਭਵਰੇ ਦੀ ਤਰ੍ਹਾਂ, ਅਖੀਰ ਦੀ ਗੱਲ ਕਹੀ ਬਬੀਆ ਜਦੋਂ ਪੁਕਾਰਦਾ
جنی دیر تک وہ آواز نکلتی ہے وہ پیا پیا دی رت لائی جاندا ہے. میرے گرو ارجن دیو جی تسی انتلے سمے تک جڑے سکھ تیرے نیڑے سن تو انہاں نوں پپیا بن کے شبد دا اپدیش دیندا رہیا. بھائی صاحب بھائی گرداس نے شردا پیٹ کردیا یہ بچن کہ رہندے گر دریاؤ وچ مین کلین ہیت نربانی کلین در سے کل مچھی دی کل دی طرح تیرا پیار نبھ گیا. رہندے گر دریاؤ وچ مین کلین ہیت نربانی درشن دیکھ پتنگ جو جوتی اندر جوت سمانی شبد سرت لب مرگ جو پیڑ پئی چت اور نہ آنی. تے پھر نال او کہندے نے چرن کمل مل پور جو سکھ سمپت وچ رہن وہانی گر اپدیش نہ وسرے بابیے جو آنکھ وکھانی گرمک سکھ پل پرم رس سہج سماد ساد سنگ جانی. تے بھائی صاحب کہندے نے گر ارجن بٹو قربان. میں گرو ارجن دیو تو قربان جانا وا. سنکھے وچ ارج کراں ستگرو دوسرے دن جدو اے تتی توی تے بیٹھے نے راوی دے کنارے لیاندا گئے. گیانی گیان سنگھ لکھدا ہے ودوان سکھ لکھدے نے ستگرو نے بھائی پرانی دی ٹیک لئی راوی دے کنارے تے آئے نے تے صاحب دے چرن دھوتے نے بھائی پرانے نے گردیو دے جدو شریر نو تکدا ہے تے پتہ نہیں بھائی پرانا پنجاں سکھاں دیاں اکھاں نیر نال بھجیاں پیاں نے تے جدو کچھ بولن لگدے نے تے میرا گرو ارجن دیو کہندا جے بولنا ہے تے میرے نال بولو کہ آپے ہر ایک رنگ ہے آپے بہرنگی جوتش پاو ہے نانکا سائی گل چنگی. علاما نہ دیو اکو گل کہو کہ جوتد پاو ہے سائی بھلی کار تو سدا سلامت نرنکار. جے بولنا چاہتے ہو تے بولو تیرا کیا میٹھا لاگ ہے ہر نام پدارتھ نانک مانگ ہے. ست گرو نے ایتھے پھر جپجی صاحب دا پاٹھ کیتا ہے. سکھ ودوانا دے مطابق جپجی صاحب دا پاٹھ کرن تو بعد حضور اس پیارے دے چرنا وچ لین ہو گئے. سورج کرن ملے جل کا جل کوا رام جوتی جوت رلی سمپورن تھیا رام جیوں جل میں جل آئے کھٹانا تیوں جوتی سانگ جوت سمانا. گرو ارجن دیو مہاراج انہاں دی شہادت نے ایک نواں رنگ لے کے آندا تے جدو پٹاں نوں پچھئے کہ اج گرو ارجن دیو دا شہیدی دینے تسی تا گرو دے کول رہے ہو دسو خاں گرو کی اپما. پہلی گل ستے بلوانڈ نے کہی کہن لگے ساڈی زندگی دا تجربہ ہی اسی ایک وری گرو ارجن دیو تو وچھڑ گئے ساں ساری زندگی ٹھوکرا کھاندے رہے جنی دیر تک گرو ارجن دیو نے اپنے بڑھا نہیں لیا. سورج چڑھدے تو لے کے لیندے تک ساری دھرتی نو کھوک لئی. گرو ارجن ورگا کوئی بادشاہ نہیں ہو گرو ارجن دیو دے در نو چھڈ کے جائی نہ. کیا سی اگوڑو تے آتمنو چو چکی چین لوا جنی گرو نہ سوویو من مکھاں پیا مووا دونی چونی کرا مات سچے کا سچا ٹووا. سچے واہگرو دا توفے گرو ارجن دیو تے نو جدو پٹا نو پوچھا کہ گرو ارجن دیو نو کیویں یاد کریے انہاں نے تا اندر دی پیڑا پرگٹ کر دتی. کہن لگے جب لو نی بھاگ للار اڈے تب لو پربتے پھرتے بہتایو کل کور سمندر میں بوڈت تے کب ہوں مٹ ہے نہیں رے پچھتایو تت بچار یہ متھرا. کہن لگے میں تت دی گل کہنا پیا وا تت بچار یہ متھرا جگتارن کو اوتار بنایو جپیو جن ارجن دیو گرو پھر سنکٹ جون گرب نہ آیو. پٹ نے اگلا بچن کیا کہن لگے جگ اور نہ یہ مہا تم میں اوتار اجاگر آن کیو تن کے دو کوٹک دور گئے متھرا جن امرت نام پیو. کہن لگے آج جے گرو ارجن دیو دا شہیدی دے منان لگا نا اے پدت تے مت چوکے رے من. اے دے ارث نے اس سدھانت تو کتے تھڑک نہ جائی کیڑے تو. کہن لگے اے پدت تے مت چوکے رے من پید وپید نہ جان بیو کتے گرو ارجن دیو تے رب وچ انتر نہ سمجھ لئی. اے پدت تے مت چوکے رے من پید وپید نہ جان بیو پر تچ ہردے گرو ارجن کے ہر پورن برہم نواس لیو. آؤ پیاریو اس گرو ارجن دیو نے اپنے آپ نو قربان کر کے سکھی وچ ایک نوی روح پھوک دتی.
प्यारे नवा रंग लिया गुरु अर्जन देव कृपा करन सानू भी अपने चरण शरण अपने चरणा विच टिका बख्शन नाम दी दात बख्श के दाता निवाज दे इनिया को बेनतियां अज प्रवान करनिया जी। वाहिगुरु जी का खालसा वाहिगुरु जी।